ਕੁਇਜ਼ ਕਰਨ ਜਾ ਰਹੇ ਨੇ ਤੋਰ ਸਾਹਿਬ ਛੋਟੇ ਬੱਚਿਆਂ ਨੂੰ ਚਲੋ ਥੋੜ੍ਹਾ ਜਿਹਾ ਇਹਨਾਂ ਨੂੰ ਬੱਚਿਆਂ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਤੋਰ ਸਾਹਿਬ ਸਾਰਿਆਂ ਨੂੰ ਇਸ ਖੂਬਸੂਰਤ ਸ਼ਾਮ ਦੀ ਔਰ ਸਭ ਤੋਂ ਵੱਡੀ ਡੋੜੀ ਦੀਆਂ ਬਹੁਤ ਬਹੁਤ ਵਧਾਈਆਂ ਸੋ ਬਹੁਤ ਇਨਾਮ ਆਏ ਨੇ ਸਪੋਂਸਰ ਵੱਲੋਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਹੋਪ ਫਾਈਨੈਂਸ਼ੀਅਲ ਲਿਮਿਟਡ ਵੱਲੋਂ ਵੀ ਇਨਾਮ ਆਏ ਨੇ ਹਰਜਿੰਦਰ ਹੈਰੀ ਹੋਣਾ ਦਾ ਧੰਨਵਾਦ ਸੋ ਅਸੀਂ ਸਰਪ੍ਰਾਈਜ਼ ਗਿਫਟ ਪਹਿਲਾਂ ਕੱਢਾਂਗੇ ਸਾਰੇ ਧਿਆਨ ਨਾਲ ਸੁਣੋ ਔਰ ਸਾਡਾ ਪਹਿਲਾ ਵਿਸ਼ਾ ਹੈ ਇਨਵਾਇਰਮੈਂਟ ਕਿਉਂਕਿ ਵਾਤਾਵਰਣ ਲਈ ਪੂਰੀ ਦੁਨੀਆ ਚਿੰਤਤ ਹੈ ਔਰ ਹੋਰ ਤਾਂ ਹੋਰ ਹਿੰਦੁਸਤਾਨ ਵੀ ਚਿੰਤਤ ਹੋ ਗਿਆ ਸੋ ਜਿਹਨੇ ਹਰੇ ਰੰਗ ਦੀ ਸਵੈਟਰ ਪਾਈ ਹੈ ਉਹ ਆ ਕੇ ਇਨਾਮ ਲੈ ਜਾਵੇ ਬਿਲਕੁਲ ਹਰਾ ਰੰਗ ਹੋਣਾ ਚਾਹੀਦਾ ਸਵੈਟਰ ਦਾ ਹਰੇ ਰੰਗ ਦੀ ਸਵੈਟਰ ਵਿੱਚ ਹੋਰ ਕੁਛ ਡਿਜ਼ਾਈਨ ਨਾ ਹੋਵੇ ਨਿਰੋਲ ਹਰਾ ਰੰਗ ਜੋ ਹੈ ਓਨਲੀ ਔਰ ਉਸ ਤੋਂ ਬਾਅਦ ਜੇ ਕਿਸੇ ਨੇ ਸਵੈਟਰ ਨੇ ਪਾਈ ਹਰੇ ਰੰਗ ਦੀ ਚੁੰਨੀ ਲਈ ਹੋਈ ਹੈ ਉਹ ਵੀ ਨਿਰੋਲ ਓਨਲੀ ਹਰੇ ਰੰਗ ਦੀ ਚੁੰਨੀ ਨਹੀਂ ਇਹਦੇ ਵਿੱਚ ਬਹੁਤ ਕੁਛ ਹੈ ਜੀ ਇਹ ਤਾਂ ਮਿਕਸ ਹੋ ਗਿਆ ਹਰੇ ਰੰਗ ਦੀ ਚੁੰਨੀ ਹੋਵੇ ਉਹ ਇਨਾਮ ਲੈ ਜਾਵੇ ਹਰੇ ਰੰਗ ਦੀ ਪੱਗ ਹੋਵੇ ਉਹ ਇਨਾਮ ਲੈ ਜਾਵੇ ਹਰੇ ਰੰਗ ਦੀ ਕਮੀਜ਼ ਹੋਵੇ ਉਹ ਇਨਾਮ ਲੈ ਜਾਣ ਸਟੇਜ 'ਤੇ ਆ ਜਾਣ ਇਹ ਮਾਨਯੋਗ ਸੰਧੂ ਸਾਹਿਬ ਕੋਲੋਂ ਇਨਾਮ ਲੈਣ ਮਾਨਯੋਗ ਸਾਡੇ ਹਰਮਨ ਪਿਆਰੇ ਲੀਡਰ ਸੰਧੂ ਸਾਹਿਬ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਨੂੰ ਸ਼ੀਸ਼ ਦਰ ਦੇਣ ਆਹ ਲੇਡੀ ਵੀ ਆ ਗਈ ਹਰੇ ਚੁੰਨੀ ਨਰੋਲ ਵਾਲੀ ਚੁੰਨੀ ਆਹ ਸੰਧੂ ਸਾਹਿਬ ਨੂੰ ਬੇਨਤੀ ਆਹ ਹਰੇ ਰੰਗ ਦੀ ਟਾਈ ਵੀ ਆ ਗਈ ਹੈ ਜੀ ਆਹ ਮੇਰੇ ਤੋਂ ਮੋਹਰਾਂ ਲਵਾਈ ਲਓ ਅਤੇ ਇਨਾਮ ਲਈ ਲਓ ਹਾਂ ਬਿਲਕੁਲ ਠੀਕ ਆ ਜੀ ਆ ਦਿਓ ਸੰਧੂ ਸਾਹਿਬ ਨੂੰ ਬੇਨਤੀ ਆ ਕਿ ਵਾਤਾਵਰਣ ਦੇ ਇਨਾਮ ਬਣ ਰਹੇ ਨੇ ਤੋ ਸਾਰਿਆਂ ਨੂੰ ਦਿਓ ਜੀ ਇਹ ਹਰੇ ਰੰਗ ਦੀ ਕਿਸੇ ਨੇ ਟਾਈ ਲਾਈ ਹੋਈ ਹੈ ਅਤੇ ਉਹ ਵੀ ਇਨਾਮ ਲੈ ਸਕਦਾ ਹਾਂ ਬਿਲਕੁਲ ਜੀ ਹਾਂ ਹਰੇ ਰੰਗ ਇੱਕ ਹੋਰ ਹਰਾ ਹੀ ਹਰਾ ਹੋ ਗਿਆ ਜੀ ਕੰਮ ਇਹ ਵਾਤਾਵਰਣ ਦਾ ਰੰਗ ਹੈ ਹਰਾ ਇਹ ਸਾਰਿਆਂ ਦਾ ਫੋਟੋ ਵੀ ਜ਼ਰੂਰ ਹੋਵੇ ਜੀ ਦਰਖਤ ਵੀ ਲਾਉਣੇ ਆ ਬੂਟੇ ਵੀ ਲਾਉਣੇ ਆ ਪੰਜਾਬ 'ਚ ਵੀ ਲਵਾਓ ਆਪਣੇ ਪਿੰਡਾਂ 'ਚ ਵੀ ਲਵਾਓ ਇਹਦੀ ਬਹੁਤ ਲੋੜ ਹੈ ਵਾਤਾਵਰਣ ਪ੍ਰਤੀ ਕੈਨੇਡੀਅਨ ਬਹੁਤ ਸੁਚੇਤ ਨੇ ਬੜੀ ਅਵੇਅਰਨੈਸ ਹੈ ਇਸ ਕਰਕੇ ਸਾਰਿਆਂ ਨੂੰ ਹਰੇ ਰੰਗ ਦੀ ਨਹੀਂ ਮੇਰੇ ਵਿੱਚ ਜ਼ਰੂਰ ਹਰੇ ਰੰਗ ਲੇਕਿਨ ਉਹ ਫਿਰ ਲੈਣਾ ਜੀ ਕੰਮ ਸੂਤ ਨਹੀਂ ਹੈ ਗੜਬੜ ਹੋ ਗਿਆ ਅਤੇ ਉਹਨਾਂ ਨੂੰ ਇਨਾਮ ਨਹੀਂ ਦੇਣਾ ਮੈਨੂੰ ਭਾਵੇਂ ਘਰੋਂ ਜਾ ਕੇ ਗਾਲਾ ਹੀ ਪੈਣ ਨਹੀਂ ਉਹ ਫਿਰ ਅਸੀਂ ਹੋਸਟ ਆ ਫਿਰ ਤਾਂ ਚੰਗਾ ਨਹੀਂ ਲੱਗਦਾ ਇੱਧਰ ਨੂੰ ਚੱਕੋ ਜੀ ਇੱਧਰ ਨੂੰ ਹਾਂ ਹਰੇ ਰੰਗ ਦੀ ਪਗੜੀ ਦੇ ਦੋ ਤਿੰਨ ਸਰਦਾਰ ਆਏ ਆ ਖੁੱਲੇ ਦਾੜੇ ਦੇ ਪ੍ਰਕਾਸ਼ ਕੀਤੇ ਹੋਏ ਨੇ ਬੜੇ ਚੰਗੇ ਲੱਗਦੇ ਆ ਦੂਰੋਂ ਚਮਕ ਰਹੇ ਉਹਦੇ ਟਾਈ ਵੀ ਹਰੇ ਰੰਗ ਦੀ ਆ ਤਾਂ ਜ਼ਿਆਦਾ ਹੀ ਵਾਤਾਵਰਨ ਪ੍ਰੇਮੀ ਆ ਪਰ ਉਹਨਾਂ ਨੂੰ ਆਰਾਮ ਇੱਕੋ ਹੀ ਜਾਣਾ ਹਾਂ ਇੱਕ ਆਪਣਾ ਗੱਭਰੂ ਆ ਜੀ ਆਪਣਾ ਸਾਹਿਬਜ਼ਾਦਾ ਵੀ ਨਾ ਆਇਆ ਹੈਲੋ ਜੀ ਇੱਕ ਮਿੰਟ ਮੇਰੇ ਫੋਟੋਗ੍ਰਾਫਰ ਦੀ ਇੱਕ ਬੇਨਤੀ ਹੈ ਹਾਂਜੀ ਹਾਂ ਫੋਟੋ ਕਰਾਉਣੇ ਉਹਨਾਂ ਦੇ ਮੂਹਰੇ ਦੀ ਕਿਉਂ ਲੰਘਦੇ ਹੋ ਮੈਨੂੰ ਇੱਕ ਚੁਟਕਲਾ ਯਾਦ ਆ ਗਿਆ ਮੈਂ ਨਾ ਕਰਨਾ ਫੋਟੋਗ੍ਰਾਫਰ ਜਾਂਦਾ ਸੀਗਾ ਇੱਕ ਮਾਈ ਬੱਚਾ ਲੈ ਕੇ ਜਾਂਦੀ ਸੀ ਫੋਟੋਗ੍ਰਾਫਰ ਕਹਿੰਦਾ ਮਾਈ ਤੇਰਾ ਪੁੱਤਾ ਬੜਾ ਸੋਹਣਾ ਅਤੇ ਮਾਈ ਪਤਾ ਕੀ ਕਹਿੰਦੀ ਕਹਿੰਦੀ ਕਿ ਮੇਰੀ ਫੋਟੋ ਨਹੀਂ ਦੇਖੀ ਉਹਨੇ ਜੇ ਕਿਸੇ ਨੇ ਜ਼ਰੂਰ ਲੰਘਣਾ ਨੀਵਾਂ ਹੋ ਕੇ ਲੰਘੋ ਜਿਸ ਤਰ੍ਹਾਂ ਗੋਰੇ ਲੋਕ ਲੰਘਦੇ ਉਹਨਾਂ ਤੋਂ ਸਿੱਖੀਏ ਉੱਚਾ ਹੋ ਕੇ ਨਾ ਲੰਘੋ ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਡਿਸਟਰਬ ਹੁੰਦੀ ਹੈ ਹਾਂਜੀ ਫੋਟੋ ਵੱਲ ਧਿਆਨ ਦਿਓ ਜੀ ਫੋਟੋ ਵੱਲ ਧਿਆਨ ਦਿਓ ਫੋਟੋਗ੍ਰਾਫਰ ਬਿਲਕੁਲ ਆਪਣੀ ਪੂਰੀ ਸ਼ਿੱਦਤ ਦੇ ਨਾਲ ਬਹੁਤ ਸੋਹਣੀਆਂ ਤੁਹਾਡੀਆਂ ਫੋਟੋ ਖਿੱਚ ਰਿਹਾ ਵੈਸੇ ਤੁਸੀਂ ਹੈ ਬਹੁਤ ਸੋਹਣੇ ਪਰ ਤੁਹਾਡੀ ਫੋਟੋ ਵੀ ਬਹੁਤ ਸੋਹਣੀ ਹੈ ਹੁਣ ਇਸ ਤੋਂ ਬਾਅਦ ਸਾਡੇ ਕੋਲ ਸਰਪ੍ਰਾਈਜ਼ ਪ੍ਰਾਈਜ਼ ਹੋਰ ਬਹੁਤ ਆਏ ਨੇ ਹੋਪ ਫਾਈਨੈਂਸ਼ੀਅਲ ਵੱਲੋਂ ਇਹ ਜਿਹਦੇ ਪਰਸ ਵਿੱਚ ਇੱਕ ਪੈਨੀ ਹੈ ਜਿਹੜੀ ਕਿ ਪਤਾ ਲੱਗਾ ਕੈਨੇਡਾ ਨੇ ਬੰਦ ਕਰਤੀ ਇੱਕ ਪੈਨੀ ਦਿਖਾਓ ਇਨਾਮ ਲੈ ਜਾਓ ਜਿਹਦੇ ਪਾਸ ਕੁਆਟਰ ਹੈ ਪਰਸ ਦੇ ਵਿੱਚ ਕੁਆਟਰ ਹੈ ਉਹ ਇਨਾਮ ਲੈ ਜਾਓ ਜਿਹਦੇ ਪਰਸ ਵਿੱਚ 5 ਦਾ ਨੋਟ 10 ਦਾ ਨੋਟ 20 ਦਾ 50 ਦਾ 4 ਨੋਟ ਇਕੱਠੇ ਦਿਖਾਉਣੇ ਆ ਉਹ ਇਨਾਮ ਲੈ ਲਓ ਪਹਿਲੀ ਜ਼ੋਰਦਾਰ ਤਾੜੀਆਂ ਜੀ ਸੰਧੂ ਸਾਹਿਬ ਅੱਗੇ ਬੇਨਤੀ ਆ ਕਿ ਇਨਾਮ ਦਿਓ ਜੀ ਉਹਨਾਂ ਨੂੰ
देखो ये जरा पैनी पिछक एक सेंट है लेकिन इतने जो मैटर लगा है वो इस वे एक डालर का है इन्होंने इनाम दिता जाए जी पैनी वाले जिसे परस के बच्च क्वार्टर का सिक्का है वह भी इनाम लग सकते हैं उन्होंने भी दो इनाम जिन्हें परस में चार नोट कट्ठे पांच का दस का भी पचास का इन्होंने इनाम दिता जाए संधु साहब मान योग संधु साहब इनाम देंगे जिन्हें लाल रंग का परांदा पाया होया वैसे तो सुख ना काफ़ी काम नेड़े किया वाणा का लेडीज ने पर लाल रंग का परांदा तो लाल रंग की पगड़ी लाल रंग का परांदा हाँ हाँ बिल्कुल जी बिल्कुल ये चेक करो जी मैं लगता बड़ा जहा है चुआनी हेलो हाँ नोट देखो जी बिल्कुल ये संधु साहब चेक करके ये नकली तो नहीं कि हाँ होर दो जी नाम नोट चेक करो जी ये हम चिटिंग होने लग पी है नोटों की चिटिंग होने लग पी है ये फिर चिटिंग होने लग पी एक दूजे तो नोट लैन लग पे हो ये पंजाबी ड्राइवर ना करो प्लीज हाँ थोड़ा इन्होंने नाम मर दो ये नोट वह कृपा करके नोटा को होर ना हो चिटिंग होने लग पी है नहीं नहीं थोड़ा एक नाम मिलेगा इधर एक नाम इधर ये पंजाबी ड्रामा प्लीज ना करो जी हाँ हाँ ये सिक्के वाले दो सिक्के वाले नहीं तो फिर चीटिंग होने लग पे ना बस उन्हें नोटा बांधा जी तो यार सिक्के वाला चलता है छोटे छोटा दे दो ना प्राइस छोटे लड़कों को काफी पैसे देखो बस ठीक है जी सारे का बहुत बहुत धन्यवाद जी तो हूँ मैं हरी जी कहना कि अपना प्रोग्राम हाँ बच्चे बच्चे दो जी बस उन्हें प्राइज बंद जी नहीं हमने शरेआम चीटिंग हो रही है प्लीज बेनती है कि हम साझा सीटा दे ਤੁਸੀਂ ਬੈਠੇ ਬਹੁਤ ਸੋਹਣੇ ਲੱਗਦੇ ਹੋ ਤੇ ਹੁਣ ਸਾਡੇ ਇੱਧਰ ਬਹੁਤ ਹੀ ਨੌਜਵਾਨ ਗਰੁੱਪ ਬੜੇ ਅਣਖੀਲੇ ਗੱਭਰੂ ਇੱਕ ਬਹੁਤ ਹੀ ਸੋਹਣਾ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਆ ਤੋ ਇਸ ਤੋਂ ਬਾਅਦ ਬੜਾ ਰੰਗਾਰੰਗ ਪ੍ਰੋਗਰਾਮ ਹੁਣ ਕਿਰਪਾ ਕਰਕੇ ਸਰਪ੍ਰਾਈਜ਼ ਜਿਹੜੇ ਹੈਗੇ ਸਾਡੇ ਕੋਲ ਪ੍ਰਾਈਜ਼ ਉਹ ਮਸਤਾਨੇ ਹੋ ਗਏ ਆ ਕਿਰਪਾ ਕਰਕੇ ਹੁਣ ਸਾਜੋ